ਮਹਾਰਾਜ ਜੀ ਮੈਂ ਹੋਮਗਾਰਡ ਡਿਊਟੀ ਕਰਦਾ ਜੀ ਪੀ ਐਸ 17 ਤੋਂ ਅਤੇ ਮੈਨੂੰ ਰਾਤੀ ਫੋਨ ਆਇਆ ਸੀ ਵੀ ਇਹ ਕਰਕੇ ਵੀ ਤੁਹਾਡੇ ਡਿਊਟੀ ਨਹੀਂ ਤੁਹਾਡੀ ਕਰਾਉਣਾ ਕਿ ਤੁਸੀਂ ਆਪਣੇ ਘਰ ਨੂੰ ਜਾਓ ਅਤੇ ਅਸੀਂ ਰੀਜ਼ਨ ਪੁੱਛਿਆ ਵੀ ਕਾਰਨ ਕੀ ਹੈ ਕੋਈ ਆਰਡਰ ਹੈਗੇ ਇਹਨਾਂ ਕੋਈ ਦੱਸਿਆ ਨਹੀਂ ਆਰਡਰ ਬਾਰੇ ਅਤੇ ਇਹਨਾਂ ਕਿਹਾ ਵੀ ਆਪਣੀ ਡਿਊਟੀ ਨਹੀਂ ਚੜ੍ਹਨਾ ਵੀ ਘਰ ਜਾਓ ਆਪਣੇ 12 ਤਰੀਕ ਨੂੰ ਫੈਸਲਾ ਕੋਈ ਆਏਗਾ ਤੁਹਾਨੂੰ ਅਗਲੇ ਆਰਡਰ ਤੱਕ 12 ਤਰੀਕ ਨੂੰ ਕੀ ਹੈ ਕੋਈ ਮੀਟਿੰਗ ਹੈ ਮੀਟਿੰਗ ਹੈ ਜੀ 12 ਤਰੀਕ ਨੂੰ ਇਸਦੀ ਮੀਟਿੰਗ ਹੈਗੀ ਐਸ ਪੀ ਸਾਹਿਬ ਨਾਲ ਮੀਟਿੰਗ ਹੋਏਗੀ ਹੋਈ ਅਤੇ ਉਸ ਬਾਰੇ ਕਹਿੰਦੇ ਵੀ ਤੁਸੀਂ ਡਿਊਟੀ ਕੋਈ ਨਹੀਂ ਕਰ ਘਰ ਨੂੰ ਜਾਓ ਐਸ ਪੀ ਕੇਸਰ ਮਾਸਾ ਜੀ ਹਾਂਜੀ ਤੇ ਆਪਾਂ ਸਾਰੇ ਹੋਮਗਾਰਡ ਦੇ ਜਵਾਨ ਹਾਂ ਜੀ ਹੋਮਗਾਰਡ ਦੇ ਜੀ ਰੈਗੂਲਰ ਬੇਸ ਤੇ ਉਹ ਰੈਗੂਲਰ ਚੱਲਦੀ ਜੀ ਕੋਈ ਬ੍ਰੇਕ ਲੱਗੀ ਮੈਨੂੰ ਸਾਹ ਡਿਊਟੀ ਪਰ ਆਏ ਨੂੰ ਅੱਜ ਮੈਸੇਜ ਹੋਇਆ ਜੀ ਡਿਊਟੀ ਦੌਰਾਨ ਦੁਆਦਮਾ ਡਿਊਟੀ ਪਰ ਪ੍ਰੈਜੈਂਟ ਤਾਂ ਜੀ ਮੈਨੂੰ ਬਾਅਦ ਮੈਂ ਫੋਨ ਆਇਆ ਕਹਿੰਦਾ ਘਰ ਨੂੰ ਚਲੇ ਜਾ ਮੈਂ ਕਿਹਾ ਜੀ ਗਲਤੀ ਦੱਸੋ ਮੇਰੀ ਕਹਿੰਦੇ ਕੋਈ ਗਲਤੀ ਨਹੀਂ 12 ਦਿਨ ਬਾਅਦ ਆਉਣਾ 12 ਦਿਨ ਰੈਸਟ ਕਰ ਘਰੇ ਅੱਛਾ ਇਹ ਕਹਿੰਦੇ ਮੈਨੂੰ ਅੱਗੇ ਤੋਂ ਕਹਿੰਦੇ ਇੰਦਰ ਮੋਹਨ ਕੇ ਆਰਡਰ ਹੈ ਜੀ ਇੰਦਰ ਮੋਹਨ ਕੌਣ ਹੈ ਇੰਦਰ ਮੋਹਨ ਜੀ ਪਰਤੂਨ ਕਮਾਂਡਰ ਜੀ ਅੱਛਾ ਅੱਛਾ ਆਪਣਾ ਦੂਆ ਐਸ ਪੀ ਕੇਤਨ ਬਾਸਲ ਉਹਨੂੰ ਗੱਲ ਕਹਾਂ ਮੀਟਿੰਗ ਕਰੂੰਗੇ ਇੰਦਰ ਮੋਹਨ ਜੀ ਕਹਿੰਦੇ ਫਿਰ ਦੱਸੂਗੇ ਤੁਹਾਨੂੰ ਟੋਟਲ ਕਿੰਨੇ ਬੰਦੇ ਹੈਗੇ ਤੁਹਾਡੇ 26 ਬੰਦੇ ਆ ਸਰ ਓਕੇ ਕਿੰਨੇ ਕਿੰਨੇ ਟਾਈਮ ਤੋਂ ਤੁਸੀਂ ਜੌਬ ਕਰ ਡਿਪਾਰਟਮੈਂਟ ਦੇ ਨਾਲ ਜੁੜੇ ਹੋ ਅਸੀਂ ਹੋ ਗਏ ਜੀ 22 ਸਾਲ ਹੋ ਗਏ ਜੀ 22 ਸਾਲ ਦੇ 24 ਸਾਲ ਹੋ ਗਏ 24 ਸਾਲ ਵੀ ਹੋ ਗਏ 30 ਸਾਲ ਵੀ ਹੋ ਗਏ ਕਿਸੇ ਨੂੰ 15 ਸਾਲ ਵੀ ਹੋ ਗਏ ਤੁਹਾਡਾ ਸਾਰਾ ਘਰ ਹੀ ਤੇ ਜੋ ਹਿਸਾਬ ਨਾਲ ਜੀ ਕਿਸੇ ਹਿਸਾਬ ਨਾਲ ਜੀ ਤੇ ਸੈਲਰੀ ਸਾਡਾ ਘਰ ਪਰਿਵਾਰ ਤੋਂ ਲੋਨ ਲਿਆ ਵਾ ਜੀ ਨੌਕਰੀ ਮੈਂ ਤਨਖਾਹਾਂ ਤੇ ਲੋਨ ਦੀ ਕਿਸ਼ਤ ਦਾਇਂ ਤੇ ਉਹ ਵੀ ਮਾਰਾ ਠੱਪ ਹੋ ਗਿਆ ਤਿੰਨ ਨਿਆਣੇ ਕੇ ਬਾਪ ਹੈ ਜੀ ਹੈ ਇਹਨੇ ਕੁਝ ਵੀ ਨਹੀਂ ਤਾਂ ਆਪ ਮਾਹੌਲ ਵਿਗਾੜ ਰਹੇ ਜੀ ਕੋਈ ਦੱਸ ਰਿਹਾ ਕਿ ਬੱਚਿਆਂ ਦੀ ਸ਼ਾਦੀ ਵੀ ਕਿਸੇ ਰੱਖੀ ਹੋਈ ਹੈ ਹਾਂ ਜੀ ਬੱਚਿਆਂ ਦੀ ਸ਼ਾਦੀ ਵੀ ਹੈ ਜੀ ਦੂਸਰੇ ਭਰਾ ਕੀ ਉਹ ਕਹਿੰਦੇ ਵੀ ਮਤਲਬ ਕਿ ਉਹ ਰੋਏ ਰੋਣੇ ਤੇ ਨਹੀਂ ਹਟਦਾ ਵਿਚਾਰਾ ਉਹ ਡਿਪਰੈਸ਼ਨ ਮੈਂ ਚਲੇ ਗਿਆ ਜੀ ਕਈ ਨੌਜਵਾਨ ਸਾਡੇ 6-7 ਟੈਨਸ਼ਨ ਮੈਂ ਚਲੇ ਗਏ ਜੀ ਵੀ ਜੋ ਕਿਆ ਬੰਬ ਫੁੱਟ ਗਏ ਜੀ ਕਿਆ ਗੋਲਾ ਗੇਰ ਦਿਆ ਇਹਨੇ ਅਫਸਰਾਂ ਨੇ ਚੋਰਾਂ ਨੇ ਜੀ ਇੱਕ ਇੰਦਰ ਮੋਹਨ ਹੈ ਜੀ ਇੱਕ ਕੇਸਰ ਬਾਂਸਲ ਹੈ ਜੀ ਐਸ ਪੀ